ਟੀਅਰ ਗੈਸ ਦੇ। ਉਸ ਤੋਂ ਬਾਅਦ ਇਹ ਪੂਰਾ ਜਿਹੜਾ ਕਾਫਲਾ ਅੱਗੇ ਵੱਧ ਰਿਹਾ ਸੀ ਉਹ ਰੁਕ ਗਿਆ ਔਰ ਭੀੜ ਪਿੱਛੇ ਜਾਂਦੀ ਹੋਈ ਨਜ਼ਰ ਆਈ ਹੈ। ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਟੀਅਰ ਗੈਸ ਦਾ ਇਸਤੇਮਾਲ ਕੀਤਾ ਗਿਆ। ਉਸ ਤੋਂ ਬਾਅਦ ਵੀ ਕਈ ਰਾਊਂਡ ਹੁਣ ਵੀ ਫਾਇਰ ਕੀਤੇ ਜਾ ਰਹੇ ਨੇ, ਹੁਣ ਵੀ ਕਈ ਰਾਊਂਡ ਫਾਇਰ ਕੀਤੇ ਜਾ ਰਹੇ ਨੇ, ਹੁਣ ਵੀ ਟੀਅਰ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਟੀਅਰ ਗੈਸ ਦੇ ਇਸਤੇਮਾਲ, ਕਿਉਂਕਿ ਬੈਰੀਕੇਡ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕੁਝ ਨੌਜਵਾਨਾਂ ਦੇ ਵੱਲੋਂ ਕੀਤੀ ਗਈ ਸੀ। ਉਸ ਤੋਂ ਬਾਅਦ ਇਹ ਟੀਅਰ ਗੈਸ ਦਾ ਇਸਤੇਮਾਲ ਕਰ ਦਿੱਤਾ ਗਿਆ। ਇਹ ਤਸਵੀਰਾਂ ਦੱਸ ਰਹੀਆਂ ਨੇ ਕਿਉਂਕਿ ਬਹੁਤ ਭੀੜ ਪਿੱਛੇ ਆ ਗਈ, ਹਾਲਾਂਕਿ ਬਹੁਤ ਤਿਆਰੀਆਂ ਗਿੱਲੀ ਬੋਰੀਆਂ ਦੇ ਨਾਲ ਕੀਤੀਆਂ ਗਈਆਂ ਸੀ, ਪਰ ਬਾਵਜੂਦ ਇਸ ਦੇ ਸਥਿਤੀ ਕਿਤੇ ਨਾ ਕਿਤੇ ਆਊਟ ਆਫ ਕੰਟਰੋਲ ਹੁੰਦੀ ਹੋਈ ਨਜ਼ਰ ਆਈ। ਤਾਂ ਉਸ ਤੋਂ ਬਾਅਦ ਟੀਅਰ ਗੈਸ ਦਾ ਇਸਤੇਮਾਲ ਔਰ ਕਈ ਰਾਊਂਡ ਟੀਅਰ ਗੈਸ ਦਾ ਇਸਤੇਮਾਲ ਕੀਤਾ ਗਿਆ, ਜਿਸ ਦੀ ਵਜ੍ਹਾ ਨਾਲ ਤੁਸੀਂ ਕਹਿ ਸਕਦੇ ਹੋ ਕਿ ਭੀੜ ਪਿੱਛੇ ਆਈ, ਬਿਲਕੁਲ ਅੱਖਾਂ ਦੇ ਵਿੱਚ ਜਲਨ, ਇਸ ਸਮੇਂ ਸਾਹ ਲੈਣ ਦੇ ਵਿੱਚ ਦਿੱਕਤ ਇੱਥੇ ਹਰ ਕਿਸੇ ਆਮ ਲੋਕਾਂ ਨੂੰ ਆ ਰਹੀ ਹੈ। ਹਾਲਾਂਕਿ ਬਹੁਤ ਸਾਰੇ ਨੇ ਪਹਿਲਾਂ ਹੀ ਆਪਣਾ ਜਿਹੜਾ ਮੂੰਹ ਆ ਉਸ ਤਰੀਕੇ ਨਾਲ ਬੰਨਿਆ ਹੋਇਆ ਸੀ, ਤਿਆਰੀ ਪਹਿਲਾਂ ਹੀ ਕੀਤੀ ਹੋਈ ਸੀ, ਪਰ ਬਾਵਜੂਦ ਇਸ ਦੇ ਟੀਅਰ ਗੈਸ ਦਾ ਇਸਤੇਮਾਲ ਕਰਨ ਤੋਂ ਬਾਅਦ ਬੈਰੀਕੇਡ ਦੇ ਬਿਲਕੁਲ ਪਾਸ ਜੋ ਪਹੁੰਚ ਗਏ ਸੀ ਲੋਕ, ਉਹ ਜ਼ਰੂਰ ਪਿੱਛੇ ਆ ਗਏ ਨੇ, ਉਹ ਜ਼ਰੂਰ ਥੋੜ੍ਹਾ ਜਿਹਾ ਪਿੱਛੇ ਆ ਕੇ ਜਿਹੜਾ ਅਸੀਂ ਤਸਵੀਰਾਂ ਦੇ ਜ਼ਰੀਏ ਦੇਖ ਪਾ ਰਹੇ ਹਾਂ ਕਿ ਕੀ ਕੁਝ ਮਾਹੌਲ ਹੈ ਇੱਥੇ, ਪਿੱਛੇ ਚਲੇ ਗਏ ਸੀ। ਇੱਕ ਵਾਰ ਫਿਰ ਤੋਂ ਪੂਰੀ ਮੌਬ ਜਿਹੜੀ ਅੱਗੇ ਮੂਵ ਹੁੰਦੀ ਹੋਈ ਨਜ਼ਰ ਆ ਰਹੀ ਹੈ। ਤਾਂ ਇਹ ਤਸਵੀਰਾਂ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚੇ। ਔਰ ਟੀਅਰ ਗੈਸ ਤੋਂ ਬਚਣ ਦੇ ਲਈ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਔਰ ਪਾਣੀ ਦਾ ਇਸਤੇਮਾਲ ਕਰਕੇ ਇਸ ਸਮੇਂ ਜਿਹੜੇ ਇੱਥੇ ਪ੍ਰਦਰਸ਼ਨਕਾਰੀ ਨੇ ਇੱਕ ਵਾਰ ਫਿਰ ਤੋਂ ਦੇਖੋ, ਇੱਕ ਵਾਰ ਫਿਰ ਤੋਂ ਟੀਅਰ ਗੈਸ ਇੱਕ ਵਾਰ ਫਿਰ ਤੋਂ ਤਸਵੀਰਾਂ ਨਜ਼ਰ ਆ ਰਹੀਆਂ ਨੇ, ਇੱਕ ਵਾਰ ਫਿਰ ਤੋਂ ਟੀਅਰ ਗੈਸ ਔਰ ਲਗਾਤਾਰ ਕਈ ਰਾਊਂਡ ਟੀਅਰ ਗੈਸ ਦੇ ਇੱਥੇ ਛੱਡੇ ਜਾ ਰਹੇ ਨੇ। ਕੋਸ਼ਿਸ਼ ਕਰਦੇ ਹਾਂ ਥੋੜ੍ਹਾ ਜਿਹਾ ਅੱਗੇ ਜਾ ਸਕੀਏ। ਟੀਅਰ ਗੈਸ ਦਾ ਇਸਤੇਮਾਲ ਅਜੇ ਇਸ ਸਾਈਡ ਤੋਂ ਆਵਾਂਗੇ। ਤਾਂ ਇਹ ਟੀਅਰ ਗੈਸ ਦੇ ਇਸਤੇਮਾਲ ਤੋਂ ਬਾਅਦ ਇੱਕ ਵਾਰੀ ਫਿਰ ਪ੍ਰਦਰਸ਼ਨਕਾਰੀ ਥੋੜ੍ਹੇ ਅੱਗੇ ਵੱਧਦੇ ਹੋਏ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਤਸਵੀਰ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਉਂਦੇ ਰਹੀਏ। ਹਾਲਾਂਕਿ ਟੀਅਰ ਗੈਸ ਛੱਡਣ ਤੋਂ ਬਾਅਦ ਹਫਾ ਦਫੜੀ ਇੱਥੇ ਭਗਦੜ ਤਾਂ ਜ਼ਰੂਰ ਮੱਚ ਗਈ ਸੀ। ਉਸ ਤੋਂ ਬਾਅਦ ਟੀਅਰ ਗੈਸ ਲਗਾਤਾਰ ਛੱਡੀ ਜਾ ਰਹੀ ਹੈ ਔਰ ਤਸਵੀਰਾਂ ਸਾਡੇ ਤੱਕ ਜੋ ਅਸੀਂ ਦੇਖ ਪਾ ਰਹੇ ਹਾਂ ਕੈਮਰੇ ਦੇ ਜ਼ਰੀਏ ਵੀ ਤੁਹਾਡੇ ਤੱਕ ਪਹੁੰਚਾ ਪਾ ਰਹੇ ਹਾਂ ਔਰ ਲਗਾਤਾਰ ਟੀਅਰ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਕਈ ਰਾਊਂਡ ਹੁਣ ਤੱਕ ਟੀਅਰ ਗੈਸ ਦੇ ਫਾਇਰ ਕੀਤੇ ਜਾ ਚੁੱਕੇ ਨੇ। ਦਰਅਸਲ ਜਿਹੜੇ ਕਿਸਾਨ ਨੇ ਉਹ ਦਿੱਲੀ ਵਾਲੀ ਰੋਡ ਦੇ ਉੱਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ, ਦਿੱਲੀ ਵਾਲੇ ਪਾਸੇ ਜਿਹੜੀ ਲੁਧਿਆਣਾ ਤੋਂ ਰੋਡ ਆਉਂਦੀ ਹੈ ਜਿਸ ਫਤਿਹਗੜ੍ਹ ਸਾਹਿਬ ਤੋਂ ਆ ਰਹੇ ਸੀ, ਉਸ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ, ਹੋਰ ਪਿੱਛੇ ਹੋਣਾ ਪਏਗਾ। ਟੀਅਰ ਗੈਸ ਇੱਕ ਵਾਰ ਫਿਰ ਤੋਂ ਕਾਫੀ ਨੇੜੇ ਤੱਕ, ਕਿਉਂਕਿ ਉਸ ਦੇ ਉੱਤੇ ਵੀ ਮਿੱਟੀ ਪਾਉਣ ਦੀ ਕੋਸ਼ਿਸ਼ ਹੁਣ ਕੀਤੀ ਜਾ ਰਹੀ ਹੈ ਕਿ ਮਿੱਟੀ ਪਾ ਦਿੱਤੀ ਜਾਵੇ ਜਾਂ ਫਿਰ ਜਿਹੜੇ ਗਿੱਲੇ ਬੋਰੀਆਂ ਜਾਂ ਕੱਪੜੇ ਨੇ ਉਹ ਪਾ ਦਿੱਤੇ ਜਾਣ ਤਾਂ ਕਿ ਕਿਸੇ ਤਰੀਕੇ ਦਾ ਕੋਈ ਟੀਅਰ ਗੈਸ ਦਾ ਕੋਈ ਅਸਰ ਨਾ ਹੋਵੇ। ਪਰ ਬਾਵਜੂਦ ਇਸ ਦੇ ਟੀਅਰ ਗੈਸ ਦਾ ਇੱਥੇ ਅਸਰ ਜ਼ਬਰਦਸਤ ਨਜ਼ਰ ਆ ਰਿਹਾ, ਬਿਲਕੁਲ ਅੱਗੇ ਪ੍ਰਦਰਸ਼ਨਕਾਰੀ ਜਿਹੜੇ ਗਏ ਹੋਏ ਸੀ ਉਹ ਪਿੱਛੇ ਨਿਕਲ ਰਹੇ ਨੇ, ਉਹ ਪਿੱਛੇ ਹੋ ਗਏ ਨੇ ਔਰ ਟੀਅਰ ਗੈਸ ਕਾਫੀ ਦੂਰ ਤੱਕ ਹੁਣ ਛੱਡੀ ਜਾ ਰਹੀ ਹੈ। ਅਲੱਗ ਅਲੱਗ ਤਰੀਕੇ ਹੋ ਸਕਦਾ ਕਿ ਥੋੜ੍ਹੀ ਦੇਰ 'ਚ ਸਾਨੂੰ ਡਰੋਨ ਵੀ ਕੋਈ ਨਜ਼ਰ ਆਵੇ, ਜੀ ਹਾਂ ਸਾਨੂੰ ਡਰੋਨ ਨਜ਼ਰ ਆ ਰਿਹਾ, ਡਰੋਨ ਦੇ ਜ਼ਰੀਏ ਵੀ ਮੈਨੂੰ ਲੱਗਦਾ ਕਿ ਡ੍ਰੌਪ ਕਰਨਗੇ ਜਿਵੇਂ ਕੱਲ੍ਹ ਕੀਤਾ ਜਾ ਰਿਹਾ ਸੀ। ਇੱਕ ਡਰੋਨ ਸਾਨੂੰ ਨਜ਼ਰ ਆ ਰਿਹਾ, ਡਰੋਨ ਦੇ ਜ਼ਰੀਏ ਇੱਕ ਛੋਟਾ ਇੱਕ ਵੱਡਾ ਡਰੋਨ ਹੈ, ਕੱਲ੍ਹ ਵੀ ਉਸ ਤਰੀਕੇ ਦੇ ਨਾਲ ਹੀ ਜਿਹੜੀ ਟੀਅਰ ਗੈਸ ਡ੍ਰੌਪ ਕੀਤੀ ਗਈ ਸੀ ਤਾਂ ਹੋ ਸਕਦਾ ਕਿ ਅੱਜ ਵੀ ਉਸ ਤਰੀਕੇ ਦੇ ਨਾਲ ਹੀ ਟੀਅਰ ਗੈਸ ਨੂੰ ਛੱਡਿਆ ਜਾਵੇ, ਡ੍ਰੌਪ ਕੀਤੀ ਜਾਵੇ। ਉਸ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ, ਡਰੋਨ ਆ ਚੁੱਕਿਆ, ਲੱਗ ਰਿਹਾ ਕਿ ਡਰੋਨ ਦੇ ਜ਼ਰੀਏ ਵੀ ਹੋਏਗਾ। ਅਜੇ ਥੋੜ੍ਹੇ ਧਿਆਨ ਜ਼ਰੂਰ ਰੱਖਿਓ ਤੁਸੀਂ ਵੀ ਮੇਰੇ ਸਹਿਯੋਗੀ, ਅਜੇ ਲਗਾਤਾਰ ਤਸਵੀਰਾਂ ਸਾਡੇ ਤੱਕ ਪਹੁੰਚਾ ਰਹੇ ਨੇ। ਸ਼ੰਭੂ ਬੈਰੀਅਰ ਦੇ ਉੱਤੇ ਇਸ ਸਮੇਂ, ਸ਼ੰਭੂ ਬਾਰਡਰ ਦੇ ਉੱਤੇ ਸਥਿਤੀ ਇਸ ਸਮੇਂ ਵੱਖਰੀ ਬਣਦੀ ਹੋਈ ਨਜ਼ਰ ਆ ਰਹੀ ਹੈ, ਜਿਵੇਂ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸੀ ਕਿ ਦਿੱਕਤ ਆ ਸਕਦੀ ਹੈ, ਅੱਗੇ ਵਧਣਗੇ ਤਾਂ ਫਿਰ ਐਕਸ਼ਨ ਹੋਏਗਾ ਹਰਿਆਣਾ ਪੁਲਿਸ ਦਾ, ਕੁਝ ਉਸ ਤਰੀਕੇ ਦਾ ਹੀ ਐਕਸ਼ਨ ਫਿਲਹਾਲ ਨਜ਼ਰ ਆ ਰਿਹਾ ਹੈ। ਅੱਗੇ ਵਧਣ ਦੀ ਕੋਸ਼ਿਸ਼ ਸੀ ਦਿੱਲੀ ਵਾਲੇ ਪਾਸੇ
ਲੁਧਿਆਣਾ ਤੋਂ ਆ ਕੇ ਤਾਂ ਜ਼ਰੂਰ ਉੱਥੇ ਤੁਸੀਂ ਕਹਿ ਸਕਦੇ ਹੋ ਕਿ ਇੱਕ ਮਾਹੌਲ ਵੱਖਰਾ ਬਣਿਆ ਨਜ਼ਰ ਆ ਰਿਹਾ। ਤਸਵੀਰਾਂ ਮੈਂ ਦਿਖਾਉਂਦਾ ਰਹਾਂਗਾ ਤੁਹਾਡੇ ਤੱਕ, ਕੋਸ਼ਿਸ਼ ਕਰਾਂਗੇ ਕਿ ਹੋਰ ਅੱਗੇ ਜੋ ਸਥਿਤੀ ਇੱਥੇ ਬਣਦੀ ਹੈ ਉਹ ਵੀ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਈਏ।